प्यारे बच्चो ਆਪਾਂ ਤੁਹਾਡੀ ਜਨਰਲ ਪੰਜਾਬੀ ਦੀ ਪਾਠ ਪੁਸਤਕ 12ਵੀਂ ਸ਼੍ਰੇਣੀ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਵਾਲੇ ਭਾਗ ਜਿਹੜਾ ਵਿੱਚ ਹੈ ਉਹ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਜੀ ਦਾ ਲੇਖ ਜਿਹੜਾ ਹੈ ਉਹ ਪੰਜਾਬੀ ਸੱਭਿਆਚਾਰਕ ਪਰਿਵਰਤਨ ਦਾ ਅਧਿਐਨ ਕਰ ਰਹੇ ਹਾਂ ਤੇ ਅੱਜ ਮੈਂ ਤੁਹਾਡੇ ਲਈ ਤੀਸਰਾ ਲੈਕਚਰ ਲੈ ਕੇ ਆਇਆ ਹਾਂ ਮੈਂ सुरेश ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰੂਰ ਸਹਾਇ ਤੁਹਾਡੇ ਲਈ ਇਹ ਲੈਕਚਰ ਸਕੂਲ ਦੇ ਬਣੇ YouTube ਚੈਨਲ G ट्रिपल S 바이 ਸਕੂਲ ਗੁਰੂਰ ਸਹਾਇ ਤੇ ਅਪਲੋਡ ਕਰਵਾ ਰਿਹਾ ਹਾਂ ਤੁਸੀਂ ਬੇਟਾ ਇਸ ਚੈਨਲ ਨੂੰ ਵੱਧ ਤੋਂ ਵੱਧ ਗਿਣਤੀ ਵੀ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਇਸ ਦੇ ਸੰਪਰਕ ਜਿਹੜੇ ਤੁਹਾਨੂੰ ਭੇਜੇ ਜਾ ਰਹੇ ਨੇ ਲੈਕਚਰਾਂ ਦੇ ਇਹ ਆਪਣੇ ਯਾਰਾਂ ਦੋਸਤਾਂ ਤੱਕ ਅੱਗੇ ਵੱਤ ਤੋਂ ਵੱਤ ਗਿਣਤੀ ਵਿੱਚ ਫਾਰਵਰਡ ਕਰੋ ਤਾਂ ਜੋ ਪੰਜਾਬ ਦਾ ਸਮੁੱਚਾ ਵਿਦਿਆਰਥੀ ਵਰਗ ਜਿਹੜਾ ਹੈ ਮੇਰੇ ਇਸ ਲੈਕਚਰ ਤੋਂ ਲਾਭਵੰਦ ਹੋ ਸਕੇ ਹਾਂ ਬੇਟਾ ਆਓ ਆਪਾਂ ਤੁਹਾਡਾ ਇਸ ਲੇਖ ਦਾ ਜਿਹੜਾ ਅਧਿयन ਹੈ ਅੱਗੇ ਸ਼ੁਰੂ ਜਿਹੜਾ ਹੈ ਉਹ ਕਰਦੇ ਹਾਂ ਹਾਂ ਬੇਟਾ ਕੱਲ ਆਪਾਂ ਪਰਿਵਰਤਨ ਦੇ ਬਾਰੇ ਗੱਲ ਕੀਤੀ ਸੀ ਜਿਹੜਾ ਪੰਜਾਬੀ ਸੱਭਿਆਚਾਰ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਨੇ ਪਰਿਵਰਤਨ ਆਏ ਹਨ हां बेटा आगे चलिए कहंदा ਪੰਜਾਬੀ ਸੱਭਿਆਚਾਰ ਸੰਯੁਕਤ ਸੱਭਿਆਚਾਰ ਸੀ ਸੰਯੁਕਤ ਇਕੱਠਾ ਰਲਵਾ ਮਿਲਵਾ ਜਿਸ ਵਿੱਚ Hindu, Muslim, Sikh, Isai, Jain, Budhhi ਸਭ ਆਪੋ ਆਪਣਾ ਯੋਗਦਾਨ ਪਾਉਂਦੇ ਸਨ ਦੇਸ਼ ਆਜ਼ਾਦ ਹੋਣ ਸਮੇਂ ਹੋਈ ਦੇਸ਼ ਦੀ ਵੰਡ ਕਰਨ ਇਹ ਪਗੋਲਕ ਖਿੱਤਾ ਭਾਗ ਇਹ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਪਾਕਿਸਤਾਨੀ ਪੰਜਾਬ ਤੇ ਭਾਰਤੀ ਪੰਜਾਬ ਵਿੱਚ ਜਿਹੜੇ ਦੇ ਦੋ ਟੁਟੇ ਹੋ ਗਏ ਇਸੇ ਪ੍ਰਕਾਰ ਭਾਰਤੀ ਪੰਜਾਬ ਦੀ ਪੁਨਰਵੰਡ ਨਾਲ ਮੌਜੂਦਾ ਰਾਜਨੀਤਿਕ ਪੰਜਾਬ ਆਕਾਰ ਵਿੱਚ ਛੋਟਾ ਹੋ ਗਿਆ ਅਤੇ ਇਸ ਦੇ ਪ੍ਰਕਾਰ ਦੇ ਵਿੱਚ ਵੀ ਫਰਕ ਪੈ ਗਿਆ ਭਾਰਤੀ ਪੰਜਾਬ ਵਿੱਚ ਪੰਜਾਬੀ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ ਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਸ਼ਾ ਮੁਖੀ ਲਿਪੀ ਦੇ ਵਿੱਚ ਲਿਖੀ ਜਾਂਦੀ ਹੈ ਵਿਜੇ ਦੀਆਂ ਬੰਦਸ਼ਾਂ ਕਾਰਨ ਮਿਲਨ ਜੁਲਣ ਦੇ ਮੌਕੇ ਘਟ ਹੋਣ ਕਰਨ ਸਾਡਾ ਸਾਂਝਾ ਸੱਭਿਆਚਾਰ ਖੰਡਿਤ ਹੋ ਗਿਆ ਹੈ ਦੇਸ਼ ਵੰਡ ਤੋਂ ਬਾਅਦ ਪੈਦਾ ਹੋਈ ਪੀੜੀ ਲਈ ਬੜੇ ਦਿਨ ਤਿਹਾੜ ਮੁਹਾਵਰੇ ਉਪਰੇ ਹੁੰਦੇ ਜਾ ਰਹੇ ਹਨ ਜਿਵੇਂ ਈਦ ਪਿੱਛੋਂ ਤੁੰਬਾ ਫੂਕਣਾ ਹੈ ਈਦ ਦਾ ਚੰਦ ਹੋਣਾ ਮੁੱਲਾ ਰੋਜ਼ੇ ਰੱਖੇ ਦਿਨ ਵੱਡੇ ਆਏ ਵਰਗੇ ਮੁਹਾਵਰੇ ਉਪਰੇ ਹੁੰਦੇ ਜਾ ਰਹੇ ਹਨ ਪੰਜਾਬੀ ਸੱਭਿਆਚਾਰ ਦੀ ਪਰਫੁੱਲਤਾ ਲਈ ਇਹ ਜ਼ਰੂਰੀ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਅਮਨ ਰਹੇ ਅਤੇ ਦੋਹਾਂ ਪੰਜਾਬਾਂ ਦਾ ਮੇਲਜੋਲ ਵਧੇ ਪੰਜਾਬੀ ਸੱਭਿਆਚਾਰ ਵਿੱਚ ਦੋ ਭਰਾ ਅੱਡ ਹੋ ਕੇ ਵੀ ਦਾਲ ਕੋਲੀ ਦੀ ਸਾਂਝ ਰੱਖਦੇ ਹਨ ਪੰਜਾਬੀ ਸਮਾਜ ਭਾਰਤੀ ਜਾਤ ਪ੍ਰਬੰਧ ਅਨੁਸਾਰ ਵੰਡਿਆ ਹੋਇਆ ਸੀ ਅਦਨ ਹੀ ਕਰਨ ਸ਼ਹਿਰੀਕਰਨ ਤੇ ਉਦਯੋਗੀਕਰਨ ਦੇ ਬਾਵਜੂਦ ਪੰਜਾਬ ਵਿੱਚ ਜਾਤ ਪਾਤ ਦਾ ਬੰਧਨ ਪੂਰੀ ਤਰ੍ਹਾਂ ਨਹੀਂ ਟੁੱਟਿਆ ਪੰਜਾਬ ਖੇਤੀ ਪ੍ਰਧਾਨ ਇਲਾਕਾ ਸੀ ਤੇ ਇਸੇ ਕਰਕੇ ਸਾਰਾ ਸੱਭਿਆਚਾਰ ਹੀ ਕਿਸਾਨੀ ਜੀਵਨ ਦੁਆਲੇ ਘੁੰਮਦਾ ਸੀ ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਵੀ ਕਿਸਾਨ ਦੀ ਚੜ੍ਹਤ ਸੀ ਪਿਛਲੇ ਕੁਝ ਸਮੇਂ ਤੋਂ ਕਿਸਾਨ ਦਾ ਜੀਵਨ ਪੱਧਰ ਤਾਂ ਬਹੁਤ ਉੱਚਾ ਨਹੀਂ ਹੋਇਆ ਪਰ ਪੰਜਾਬ ਦੇ ਪਰਫੁੱਲਤ ਫਿਲਮਾਂ ਤੇ ਗੀਤਾਂ ਵਿੱਚ ਜੱਟ ਸ਼ਬਦ ਦੀ ਵਰਤੋਂ ਬਹੁਤ ਵਧ ਗਈ ਹੈ ਅਤੇ ਉਸ ਨੂੰ ਹਿੰਸਕ ਅਤੇ ਸ਼ਰਾਬੀ ਦੇ ਰੂਪ ਦੇ ਵਿੱਚ চিত্রਿਆ ਜਾਣਾ ਸ਼ੁਰੂ ਹੋਇਆ ਹੈ ਕਿਸਾਨ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਨੂੰ ਸੰਜੀਦਗੀ ਨਾਲ ਪੇਸ਼ ਕਰਨ ਦੀ ਥਾਂ ਹੇੰਕੜ ਅਤੇ ਫੁਕਰੇਪਨ ਦਾ ਪ੍ਰਗਟਾਵਾ ਵਧਿਆ ਹੈ ਇਸ ਦੀ ਗੱਲ ਬੇਟਾ ਪਾ ਪਹਿਲਾਂ ਵੀ ਕੀਤੀ ਹੈ ਪੰਜਾਬ ਖੇਤੀ ਪ੍ਰਧਾਨ ਖੇਤਾ ਹੈ ਤੇ ਇਸ ਦੇ ਪ੍ਰਮੁੱਖ ਕਿਤਾਕਾਰ ਕੋਲ ਅੰਨਦਾਤਾ ਹੋਣ ਦਾ ਮਾਣ ਹੈ ਪਰ ਇਸ ਨੂੰ ਜਾਤੀ ਹੰਕਾਰ ਵਿੱਚ ਨਹੀਂ ਬਦਲਣਾ ਚਾਹੀਦਾ ਸਗੋਂ ਉਸ ਦੀ ਮਿਹਨਤ ਨੂੰ ਵਧਾਉਣਾ ਚਾਹੀਦਾ ਹੈ ਹਾਂ ਬੇਟਾ ਅੱਗੇ ਚੱਲਦੇ ਹਾਂ ਹਰ ਪੰਜਾਬੀ ਨੂੰ ਆਪਣੇ ਸੱਭਿਆਚਾਰ ਤੇ ਅभिਮਾਨ ਨਹੀਂ ਸਗੋ ਮਾਣ ਕਰਨਾ ਚਾਹੀਦਾ ਹੈ ਬਹੁਤ ਕੁਝ ਸਾਨੂੰ ਛੱਡਣ ਦੀ ਜ਼ਰੂਰਤ ਹੈ ਜਿਵੇਂ ਕੁੜੀਆਂ ਮਾਰਨਾ ਬਹੁਤ ਸਾਰਾ ਕੁਝ ਸਾਨੂੰ ਸਿੱਖਣ ਦੀ ਜਿਹੜੀ ਹੈ ਜ਼ਰੂਰਤ ਹੈ ਜਿਵੇਂ ਘਰ ਵਿੱਚ ਬਜ਼ੁਰਗ ਬਹੁਤ ਕੁਝ ਸਾਨੂੰ ਦੂਸਰਿਆਂ ਤੋਂ ਸਿੱਖਣ ਦੀ ਜ਼ਰੂਰਤ ਹੈ ਜਿਵੇਂ ਕੰਮਕਾਰ ਦਾ ਸੱਭਿਆਚਾਰ ਬਹੁਤ ਕੁਝ ਸਾਡੇ ਕੋਲ ਮੌਜੂਦ ਹੈ ਜਿਵੇਂ ਕੀਰਤ ਕਰਨਾ ਤੇ ਵੰਡ ਛਕਣ ਦੇ ਨਾਲ ਸਬਰ ਸੰਤੋਖ ਸਹਿਜਤਾ ਇਸ ਸਭ ਕੁਝ ਨੂੰ ਬਚਾਉਣ ਦੀ ਜ਼ਰੂਰਤ ਹੈ ਮੁਕਤੀ ਗੱਲ ਇਹ ਹੈ ਕਿ ਸੱਭਿਆਚਾਰ ਕੋਈ ਜੜ ਵਰਤਾਰਾ ਨਹੀਂ ਇਹ ਜਿਉਂਦੀ ਜਾਗਦੀ ਜੀਵਨ ਜਾਂਚ ਹੈ ਤੇ ਇਸ ਨੂੰ ਨਿਤ ਨਵਾਂਉਣ ਦੀ ਲੋੜ ਪੈਂਦੀ ਹੈ ਅ ਅੱਗੇ ਹੈ ਆਧੁਨਿਕ ਯੁੱਗ ਵਿੱਚ ਤਾਂ ਇਸ ਬਾਰੇ ਚੇਤਨ ਕੋਸ਼ਿਸ਼ਾਂ ਵੀ ਕਰਨੀਆਂ ਪੈਣੀਆਂ ਹਨ ਕਿਉਂਕਿ ਪਰੰਪਰਾ ਤੋਂ ਸਹਿਜ ਰੂਪ ਦੇ ਵਿੱਚ ਪੀੜੀ ਦਰ ਪੀੜੀ ਸਿੱਖਣ ਵਾਲਾ ਸਾਂਝਾ ਸਮਾਜ ਖਤਮ ਹੋ ਚੁੱਕਾ ਹੈ ਸੋ ਸਾਨੂੰ ਹਰ ਸਮੇਂ ਹਰ ਵੇਲੇ ਚੇਤਨ ਪੱਧਰ ਤੇ ਸੋਚ ਵਿਚਾਰ ਕੇ ਨਵੀਆਂ ਸਿਹਤਮੰਦ ਪਰੰਪਰਾਵਾਂ ਨੂੰ ਵਿਕਸਤ ਕਰਨ ਦੀ ਲੋੜ ਹੈ ਜਾਂ ਜ਼ਰੂਰਤ ਹੈ ਆਹ ਬੇਟਾ ਇਹ ਸੀ ਤੁਹਾਡੇ ਪਾਠ ਦਾ ਅਧਿਆਨ ਆਓ ਇਸ ਪਾਠ ਦੇ ਅੰਤ ਦੇ ਵਿੱਚ ਆਪਾਂ ਜਿਹੜੇ ਤੁਹਾਡੇ ਜਿਹੜੇ ਛੋਟੇ ਪ੍ਰਸ਼ਨਾਂ ਦੇ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਨੇ ਅਭਿਆਸ ਲਈ ਦਿੱਤੇ ਨੇ ਇਹਨਾਂ ਦੇ ਚਰਚਾ ਕਰਨੇ ਆ ਊੜਾ ਪਾਗ ਪੰਜਾਬੀ ਸੱਭਿਆਚਾਰਕ ਪਰਿਵਰਤਨ ਪਾਠ ਦੇ ਆਧਾਰ ਤੇ ਦੱਸੋ ਕਿ ਇਹ ਕਿ ਇਸ ਵਿੱਚ ਵਗਦਾ ਦਰਿਆ ਜਿਹੜਾ ਹੈ ਉਹ ਕਿਸ ਨੂੰ ਕਿਹਾ ਗਿਆ ਹੈ ਇਹ ਬਟਾਇਸ ਦੇ ਵਿੱਚ ਵਗਦਾ ਦਰਿਆ ਸੱਭਿਆਚਾਰ ਨੂੰ ਕਿਹਾ ਗਿਆ ਹੈ ਆੜਾ ਪਾਗ ਨਵੇਂ ਸੱਭਿਆਚਾਰ ਪੱਖੀ ਕਈ ਵਾਰ ਆਪਣੇ ਵਿਰਸੇ ਨੂੰ ਵੀ ਭੁੱਲ ਜਾਂਦੇ ਹਨ ਇਸ ਦਾ ਉੱਤਰ ਹਾਂ ਜਾਂ ਨਾ ਦੇ ਵਿੱਚ ਦੇਣਾ ਹੈ ਹਾਂ ਬੇਟਾ ਇਸ ਦਾ ਉੱਤਰ ਹਾਂ ਦੇ ਵਿੱਚ ਆਉਂਦਾ ਹੈ ਪੰਜਾਬੀ ਸੱਭਿਆਚਾਰ ਦੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਕੀ ਸਮਝਿਆ ਜਾਂਦਾ ਸੀ ਪੈਰ ਦੀ ਜੁੱਤੀ ਸੱਸਾ ਪਾ ਗਿਆ ਸਾਡੇ ਪੰਜਾਬੀ ਸੱਭਿਆਚਾਰ ਤੇ ਕਿਹੜੀ ਚੀਜ਼ ਦਾ ਵੱਡਾ ਤੱਬਾ ਹੈ ਹਾਂ ਬੇਟਾ ਨਸ਼ਿਆਂ ਦਾ ਕੀ ਹੈਗਾ ਨਸ਼ਿਆਂ ਦਾ ਸਭ ਤੋਂ ਵੱਡਾ ਤੱਬਾ ਹੈ ਸ਼ਰਾਬ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾਂਦਾ ਗੀਤਾਂ ਆਪ ਦੇ ਵਿੱਚ ਹੀ ਸ਼ਰਾਬ ਦਾ ਹਾਂ ਬੇਟਾ ਪਿੰਡਾਂ ਵਿੱਚ ਸਾਉਣ ਸਾਉਣ ਮਹੀਨੇ ਪੂਰਾ ਮਹੀਨਾ ਲੱਗਣ ਵਾਲੀਆਂ ਤੀਆਂ ਵਿਆਹੀਆਂ ਕੁੜੀਆਂ ਦੇ ਮਿਲਣ ਦਾ ਸਾਧਨ ਅਤੇ ਕੁਆਰੀਆਂ ਕੁੜੀਆਂ ਲਈ ਜਿਹੜਾ ਗਿੱਧਾ ਸਿੱਖਣ ਦੀ ਵਰਕਸ਼ਾਪ ਸੀ ਗਿੱਧਾ ਸ਼ਬਦ ਆਊਗਾ ਤੇ ਪਹਿਲੀ ਖਾਲੀ ਥਾਂ ਦੇ ਵਿੱਚ ਮਿਨਾ ਆਊਗਾ ਅੱਗੇ ਪੰਜਾਬੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਿਆ ਹੈ ਇਸ ਦਾ ਉੱਤਰ ਹਾਂ ਜਾਂ ਨਾ ਦੇ ਵਿੱਚ ਦੇਣਾ ਇਸ ਦਾ ਉੱਤਰ ਬੇਟਾ ਹਾਂ ਦੇ ਵਿੱਚ ਆਉਂਦਾ ਨਵੀਂ ਪੀੜ੍ਹੀ ਕਿਹੜੇ ਸਾਧਨਾਂ ਦੀ ਖੁੱਲ ਕੇ ਵਰਤੋਂ ਕਰ ਰਹੀ ਹੈ ਹਾਂ ਬੇਟਾ ਸੰਚਾਰ ਸਾਧਨਾਂ ਦੀ ਇਹ ਨਵੀਂ ਪੀੜੀ ਖੁੱਲ ਕੇ ਵਰਤੋਂ ਕਰ ਰਹੀ ਹੈ ਗੱਗਾ ਭਾਗ ਹੈ ਪਲਾਸਟਿਕ ਦੇ ਲਫਾਫਿਆਂ ਤੋਂ ਕਿਵੇਂ ਨਿਜਾਤ ਪਾਈ ਜਾ ਸਕਦੀ ਹੈ ਬੇਟਾ ਸਾਡੇ ਵੱਡ ਵਡੇਰੇ ਜਿਹੜੇ ਨੇ ਉਹ ਥੈਲੇ ਦੀ ਵਰਤੋਂ ਕਰਦੇ ਸਨ ਜਦੋਂ ਕੋਈ ਸਮਾਨ ਵਗੈਰਾ ਲੈਂਦੇ ਸਨ ਘਰੋਂ ਥੈਲਾ ਚੱਕ ਕੇ ਲੈ ਜਾਂਦੇ ਸਨ ਸਾਰਾ ਸਮਾਨ ਉਸ ਦੇ ਵਿੱਚ ਪਵਾ ਕੇ ਲਿਆਉਂਦੇ ਸਨ ਲੇਕਿਨ ਅੱਜ ਇਹਨਾਂ ਦੀ ਥਾਂ ਕੈਰੀ ਬੈਗ ਜਾਂ ਲਫਾਫਿਆਂ ਨੇ ਲਈ ਹੋਈ ਹੈ ਜਿਸ ਜਿਹੜੇ ਕੀ ਬਹੁਤ ਵੱਡੀ ਸਮੱਸਿਆ ਪੈਦਾ ਕਰਦੇ ਹਨ ਤੇ ਥੈਲਾ ਕਲਚਰ ਅਪਣਾ ਕੇ ਜਿਹੜਾ ਹੈ ਉਹ ਪਲਾਸਟਿਕ ਲਫਾਫਿਆਂ ਤੋਂ ਉਜਾਤ ਪਾਈ ਜਾ ਸਕਦੀ ਹੈ ਹਾਂ ਬਟਾ ਉਹ ਕਿਹੜੀ ਭਾਸ਼ਾ ਹੈ ਜੋ ਸਬਿਆਚਾਰਕ ਕਲਾਵਾਂ ਦੀ ਅੰਤਰਰਾਸ਼ਟਰੀ ਮੰਡੀ ਜਿਹੜੀ ਉਹ ਬਣ ਗਈ ਹੈ ਅੰਗਰੇਜ਼ੀ ਇਸ ਦਾ ਉੱਤਰ ਅੰਗਰੇਜ਼ੀ ਹੈ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ ਭਾਰਤੀ ਪੰਜਾਬ ਦੇ ਵਿੱਚ ਪੰਜਾਬੀ ਲਿਪੀ ਲਿਪੀ ਜਿਹੜਾ ਗੁਰਮੁਖੀ ਲਿਪੀ ਦੇ ਵਿੱਚ ਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਸ਼ਾਹਮੁਖੀ ਲਿਪੀ ਦੇ ਵਿੱਚ ਲਿਖੀ ਜਾਂਦੀ ਹੈ ਅੱਗੇ ਚਾਚਾ ਭਾਗ ਹੈ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਤੇ ਅਭਿਮਾਨ ਕਰਨ ਦੀ ਥਾਂ ਤੇ ਕੀ ਕਰਨਾ ਚਾਹੀਦਾ ਹੈ ਸਾਨੂੰ ਬੇਟਾ ਮਾਣ ਕਰਨਾ ਚਾਹੀਦਾ ਸਾਡੇ ਪੰਜਾਬੀ ਸੱਭਿਆਚਾਰ ਦੇ ਉੱਤੇ ਆਓ ਬੇਟਾ ਉਹਨਾਂ ਆਪਾਂ ਜਿਹੜਾ ਹੈ ਉਹ ਕੁਝਕ ਤੁਹਾਡੇ ਹਾਂ ਜਾਂ ਨਾ ਵਾਲੇ ਤੇ ਜਿਹੜਾ ਹੈ ਉਹ ਖਾਲੀ ਥਾਵਾਂ ਵਾਲੇ ਭਾਗ ਜਿਹੜਾ ਕਰਾਂਗੇ ਹਾਂ ਬੇਟਾ ਉਹੜਾ ਅੱਗੇ ਹੈ ਡੈਸ਼ ਇੱਕ ਵਗਦਾ ਦਰਿਆ ਹੈ ਸੱਭਿਆਚਾਰ ਇੱਥੇ ਆਊਗਾ ਅੱਗੇ ਬਿਨਾਂ ਸ਼ੱਕ ਇਹ ਕੇਵਲ ਭਰਾਵੇ ਦੀ ਤਬਦੀਲੀ ਨਹੀਂ ਇਹ ਡੈਸ਼ ਦੀ ਤਬਦੀਲੀ ਵੀ ਹੈ ਵਿਚਾਰਾਂ ਦੀ ਇੱਥੇ ਬੇਟਾ ਸ਼ਬਦ ਵਿਚਾਰ ਆਊਗਾ ਸਾਨੂੰ ਆਪਣੇ ਸੱਭਿਆਚਾਰ ਵਿੱਚ ਡੈਸ਼ ਖਾਣਿਆਂ ਨੂੰ ਤਰਜੀ ਦੇਣੀ ਚਾਹੀਦੀ ਹੈ ਰਿਵਾਇਤੀ ਖਾਣਿਆਂ ਨੂੰ ਅੱਗੇ ਹੈ ਬੇਟਾ ਨਵੀਂ ਪੀੜ੍ਹੀ ਨਵੇਂ ਡੈਸ਼ ਸਾਧਨਾ ਦੀ ਖੁੱਲਕੇ ਵਰਤੋਂ ਕਰ ਰਹੀ ਹੈ ਹਾਂ ਇਹਦੇ ਵਿੱਚ ਹੈ ਬੇਟਾ ਸੰਚਾਰ ਸਾਧਨਾ ਦੀ ਅੱਗੇ ਹੈ ਬਹੁਤ ਕੁਝ ਸਾਡੇ ਕੋਲ ਮੌਜੂਦ ਹੈ ਜਿਵੇਂ ਕੀਰਤ ਕਰਨਾ ਵੰਡ ਛਕਣਾ ਤੇ ਐਸੇ ਬੇਟਾ ਖਾਲੀ ਥਾਂ ਦੇ ਵਿੱਚ ਆਊਗਾ ਸਬਰ ਸਬਰ ਸ਼ਬਦ ਜਿਹੜਾ ਇਸ ਦੇ ਵਿੱਚ ਵੀ ਆਪਣੇ ਆਪ 'ਚ ਬੜਾ ਕੁਝ ਹੈ ਜੇਕਰ ਅਸੀਂ ਸਬਰ ਕਰਨਾ ਸਿੱਖ ਜੰਨੇ ਆ ਤਾਂ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਨਿੱਤ ਜੀਵਨ ਦੀਆਂ ਸਮੱਸਿਆਵਾਂ ਨੇ ਉਹ ਖਤਮ ਹੋ ਸਕਦੀਆਂ ਹਨ ਹਾਂ ਬੇਟਾ ਅੱਗੇ ਹੈ ਕੁਝ ਇੱਕ ਪ੍ਰਸ਼ਨ ਅਸੀਂ ਕਰਾਂਗੇ ਹਾਂ ਜਾਂ ਨਾ ਦੇ ਵਿੱਚ ਅੱਗੇ ਪੁਰਾਣੇ ਪੰਜਾਬੀ ਸੱਭਿਆਚਾਰ ਦਾ ਸਾਰਾ ਕਾਰਵਿਆਰ ਰੰਗ ਟੰਗ ਤੇ ਗੀਤ ਸਖੀਤ ਕੁੜੀਆਂ ਨੂੰ ਦਬਾਉਣ ਤੇ ਮੁੰਡਿਆਂ ਨੂੰ ਉਚਾਉਣ ਦਾ ਨਹੀਂ ਸੀ ਅਰਬ ਆਗੇ ਇਸ ਦਾ ਉੱਤਰ ਨਹੀਂ ਵਿਚਾਊਗਾ ਈੜੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮੰਦਾ ਕਹਿਣ ਤੋਂ ਵਰਜਿਆ ਸੀ ਹਾਂ ਬੇਟਾ ਸਹੀ ਗੱਲ ਐ ਸੋ ਕਿਉ ਮੰਦਾ ਆਖਿਆ ਨਿਤ ਜਮਹੇ ਰਾਜਾਨ ਇਸ ਕਰਕੇ ਇਸ ਦਾ ਉੱਤਰ ਹਾਂ ਦੇ ਵਿੱਚ ਆਊਗਾ ਸਾਡੇ ਰਿਵਾਇਤੀ ਰਿਵਾਇਤੀ ਖਾਣੇ ਖੁਰਾਕੀ ਤਤਾਂ ਦੇ ਮਾਮਲੇ ਵਿੱਚ ਚੰਗੇ ਤੇ ਮਹੰਗੇ ਹਨ ਸਸਾਪਾਗ ਨਹੀਂ ਇਸ ਦਾ ਉੱਤਰ ਨਹੀਂ ਦੇ ਵਿੱਚ ਆਊਗਾ ਅੱਗੇ ਹੈ ਪੰਜਾਬੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧਿਆ ਹੈ ਇਸ ਦਾ ਉੱਤਰ ਹਾਂ ਦੇ ਵਿੱਚ ਆਊਗਾ ਨੌਕਰੀ ਪੇਸ਼ਾ ਸਮਾਜ ਵਿੱਚ ਆਬਾਦੀ ਦੇ ਵਾਧੇ ਨਾਲ ਛੋਟੇ ਪਰਿਵਾਰ ਪੈਦਾ ਹੋਣੇ ਸੁਭਾਵਿਕ ਹਨ ਹਾਂ ਬੇਟਾ ਇਸ ਦਾ ਉੱਤਰ ਵੀ ਹਾਂ ਦੇ ਵਿੱਚ ਆਊਗਾ ਆਬਾਦੀ ਜਿਵੇਂ ਜਿਵੇਂ ਵਧੀ ਹੈ ਐਵੇਂ ਐਵੇਂ ਸੰਯੁਕਤ ਤੇ ਵੱਡੇ ਪਰਿਵਾਰਾਂ ਦਾ ਰੁਝਾਨ ਘਟ ਕੇ ਛੋਟੇ ਪਰਿਵਾਰਾਂ ਤੱਕ ਜਿਹੜਾ ਸੀਮਤ ਹੋ ਗਿਆ ਹੈ ਹਾਂ ਬੇਟਾ ਕੱਲ ਮੈਂ ਤੁਹਾਡੇ ਲਈ ਚੌਥਾ ਲੈਕਚਰ ਲੈ ਕੇ ਆਉਂਗਾ 4 4 5 5 ਜਿਹੜਾ ਹੈ ਉਤਰਾਵਾਂ ਵਾਲੇ ਪ੍ਰਸ਼ਨਾਂ ਦਾ ਤੁਸੀਂ ਤਦ ਤੱਕ ਘਰਾਂ ਦੇ ਵਿੱਚ ਸਟੇ ਹੋਮ ਸਟੇ ਸੇਫ ਕਰੋਨਾ ਮਹਾਮਾਰੀ ਤੋਂ بچੋ ਤੇ ਤੁਹਾਡੇ ਸਕੂਲ ਜਿਹੜੇ ਲੱਗ ਚੁੱਕੇ ਨੇ ਤੇ ਤੁਸੀਂ ਆਪਣੇ ਮਾਤਾ ਪਿਤਾ ਦੀ ਕੰਸੈਂਟ ਲੈ ਕੇ ਨਾਲ ਲੈ ਕੇ ਆਓ ਤੇ ਸਿਰਫ ਤੁਹਾਡੇ ਮਾਤਾ ਪਿਤਾ ਦੀ ਕੰਸੈਂਟ ਤੇ ਜਾਂ ਸਹਿਮਤੀ ਨਾਲ ਹੀ ਤੁਹਾਨੂੰ ਸਕੂਲ ਦੇ ਵਿੱਚ ਜਿਹੜਾ ਹੈ ਆਉਣ ਦੀ ਇਜਾਜ਼ਤ ਹੋਏਗੀ ਥੈਂਕ ਯੂ ਵੈਰੀ ਮੱਚ ਓਕੇ